ਇਹ ਹੈ ਟਿਕਟੋਕਰ ਹਸਨ ਭੱਟੀ ਜੋ ਆਪਣੀ ਯੂਨੀਵਰਸਿਟੀ ਵਿੱਚ ਧੋਤੀ ਪਹਿਨ ਕੇ ਚਲੇ ਜਾਂਦੇ ਹਨ ਔਰ ਪੰਜਾਬੀ ਜ਼ੁਬਾਨ ਮੇਂ ਵੀਡੀਓਜ਼ ਬਣਾਕਰ ਪੰਜਾਬੀ ਕਲਚਰ ਕੋ ਪ੍ਰੋਮੋਟ ਕਰ ਰਹੇ ਹਨ ਸਾਨੂੰ ਪੱਗਾਂ ਫੱਪਦੀਆਂ ਨੇ ਸਾਡੀ ਵਖਰੀ ਟੌਰ ਨਵਾਬੀ ਸਾਡੀ ਕੌਮੇ ਸ਼ੇਰਾਂ ਵਰਗੀ ਸਾਨੂੰ ਕਹਿੰਦੇ ਲੋਕ ਪੰਜਾਬੀ ਉਰਦੂ ਬੋਲਨੀ ਹੈ ਯਾ ਪੰਜਾਬੀ ਬੋਲਨੀ ਹੈ ਜਦੋਂ ਮੈਂ ਜਿੱਥੇ ਵੀ ਗਿਆ ਜਿੱਥੇ ਜਾ ਕੇ ਮੈਂ ਆਪਣੇ ਪੰਜਾਬੀ ਵਾਸੀ ਬੋਲੇ ਆ ਜਿਹੜੇ ਮਰਦੀ ਪਲੇਟਫਾਰਮ ਤੇ ਬੋਲੇ ਆ ਤਾਂ ਮੈਂ ਹਮੇਸ਼ਾ ਮਾਂ ਬੋਲੀ ਪੰਜਾਬੀ ਦਾ ਸਾਥ ਕਦੇ ਨਹੀਂ ਛੱਡਿਆ ਤੇ ਇਸ ਵਾਸਤੇ ਮੇਰੀ ਖੁਸ਼ੀ ਹੈ ਕਿ ਮੈਂ ਤੁਹਾਡੇ ਨਾਲ ਪੰਜਾਬੀ ਚ ਗੱਲ ਕਰਾਂ ਆਪਣੀ ਮਾਂ ਬੋਲੀ ਚ ਗੱਲ ਕਰਾਂ ਆਗਾਜ਼ ਕਿਵੇਂ ਕੀਤਾ ਟਿਕਟੋਕ ਦਾ ਪਹਿਲੀ ਕਦੋਂ ਵਾਇਰਲ ਹੋਈ ਤੇ ਕੀ ਕੰਟੈਂਟ ਬਣਾਇਆ ਸੀ ਅੱਛਾ ਮੈਂ ਬਕਾਇਦਾ ਆਪਣੇ ਜ਼ਿਹਨ ਬਣਾ ਕੇ ਟਿਕਟੋਕ ਦੇਤੇ ਨਹੀਂ ਸੀ ਆਇਆ ਕਿ ਮੈਂ ਅੱਜ ਆਵਾਂਗਾ ਤਾਂ ਮਸ਼ਹੂਰ ਹੋ ਜਾਵਾਂਗਾ ਜਿਵੇਂ ਕਈ ਦਿਨ ਇੱਕ ਜਨਾਬ ਕੋਈ ਚੀਜ਼ਾਂ ਤੁੱਕੇ ਨਾਲ ਹੋ ਜਾਂਦੀਆਂ ਹਨ ਤੇ ਮੇਰਾ ਵੀ ਇੱਕ ਤੁੱਕਾ ਲੱਗਾ ਮੈਂ ਯੂਨੀਵਰਸਿਟੀ ਗਿਆ ਤਾਂ ਮੈਨੂੰ ਇੱਕ ਜਗ੍ਹਾ ਤੇ ਬੋਲਣ ਦਾ ਮੌਕਾ ਮਿਲਿਆ ਸਟੇਜ ਲੱਗਾ ਬੜਾ ਸੋਹਣਾ ਜਨਾਬ ਉਹ ਦਰਸਾ ਕਰੀਮਾ ਦੀ ਮਸ਼ਹੂਰੀ ਦੇਣਾ ਆਏ ਸਨ ਮੈਨੂੰ ਬੜੀਆਂ ਬਲੀਆਂ ਧੱਕਾ ਲਾਇਆ ਨਾ ਕਿ ਫੁੱਲਾਂ ਨੇ ਚੜ ਉੱਤੇ ਉਂਜੀ ਤੂੰ ਬੜੀਆਂ ਗੱਲਾਂ ਕਰਨਾ ਮੈਂ ਚੜ ਤੇ ਗਿਆ ਜਨਾਬ ਪਹਿਲੀ ਵਾਰੀ ਮੈਂ ਉੱਥੇ ਜਾ ਕੇ ਬੋਲਿਆ ਸੀ ਕਿ ਮੈਂ ਜਨਾਬ ਹਸਨ ਪੱਟੀ ਪੰਜਾਬੀ ਕਲਚਰ ਦਾ ਨਮਾਇੰਦਗੀ ਕਰਨ ਵਾਸਤੇ ਤੇ ਪੰਜਾਬੀ ਮਾਂ ਬੋਲੀ ਦਾ ਸੁਭਾ ਵਾਸਤੇ ਯੂਸੀਬੀ ਚ ਆਇਆ ਤੇ ਮੈਂ ਇਹਨੂੰ ਅੱਗੇ ਲੈਕਚਰ ਲਾਗ ਮੈਂ ਜਨਾਬ ਉਹ ਵੀਡੀਓ ਲਾ ਕੇ ਟਿਕਟੋਕ ਤੇ ਲਾਈ ਅੱਛਾ ਰਾਤੋਂ ਰਾਤ ਜਨਾਬ ਬਿਲੀਆਂ ਤੇ ਕਲਮ ਫੜ ਗਈ ਇਹ ਹਰ ਵੀਡੀਓ ਦੇ ਵਿੱਚ ਤੁਸੀਂ ਇੱਕ ਲਫ਼ਜ਼ ਯੂਜ਼ ਕਰਦੇ ਹੋ ਫੁੱਲਾਂ ਆ ਲਿਆ ਜਿਆ ਐਂਦੇ ਪਿੱਛੇ ਕੀ ਕਹਾਣੀ ਹੈ ਐਂਦੇ ਪਿੱਛੇ ਕਹਾਣੀ ਜਨਾਬ ਇਹ ਵੇਖ ਕੇ ਜਨਾਬ ਫੁੱਲ ਜਿਵੇਂ ਕਹਿੰਦੇ ਤੁਸੀਂ ਕਿਸੇ ਮੁਬੱਦਰ ਇਸਤੇਮਾਲ ਕਰਦੇ ਫੁੱਲ ਕਿਸੇ ਬੰਦੇ ਨੂੰ ਤੁਸੀਂ ਐਜ਼ ਆ ਗਿਫਟ ਫੁੱਲ ਦਿੰਦੇ ਅਗਲਾ ਬੰਦਾ ਰਾਜ਼ੀ ਹੋ ਜਾਂਦਾ ਤੇ ਮੈਂ ਆਪਣਾ ਡਾਇਲੋਗ ਇਹ ਬਣਾ ਛੜਿਆ ਕਿ ਅਗਲੇ ਬੰਦੇ ਨੂੰ ਖੁਸ਼ ਕਰਨ ਵਾਸਤੇ ਇੱਕ ਬੜਾ ਅੱਛਾ ਕਲਾਮ ਹੈ ਕਿਸੇ ਬੰਦੇ ਨੂੰ ਰਾਜ਼ੀ ਕਰਨ ਦਾ ਫੁੱਲਾਂ ਵਾਲੇ ਕੀ ਹਾਲ ਚਾਲੇ ਤਗੜੇ تعلیم ਆਪਣੀ ਕੀ ਹਾਸਲ ਕਰ ਰਹੇ ਹੋ ਤੁਸੀਂ ਤੇ ਪੰਜਾਬੀ ਕਲਾਸ ਦੇ ਵਿੱਚ ਵੀ ਬੋਲਦੇ ਹੋ ਪੰਜਾਬੀ ਬੋਲਣ ਵਾਸਤੇ ਮੁਸ਼ਕਲਾਂ ਤੇ ਬੜੀਆਂ ਪੈਦਾ ਆਈਆਂ ਨੇ ਜਨਾਬ ਮੈਨੂੰ ਪ੍ਰੈਜੈਂਟੇਸ਼ਨ ਦੇ ਨੰਬਰ ਕੱਟੇ ਜਾਂਦੇ ਨੇ ਅਸਾਈਨਮੈਂਟ ਦੇ ਨੰਬਰ ਕੱਟੇ ਜਾਂਦੇ ਨੇ ਮਸਲਨ ਕਿ ਅਸੀਂ ਉਹ ਕਹਿੰਦੇ ਨੇ ਤੂੰ ਪੈਂਟ ਕੋਟ ਪਾ ਕੇ ਆਉਣਾ ਮੈਂ ਕਹਿੰਦਾ ਮੈਂ ਨਾ ਮੈਂ ਪੰਜਾਬ ਵਿੱਚ ਜੰਮਿਆ ਮੈਂ ਪੰਜਾਬ ਦਾ ਖਾਨਾ ਪੰਜਾਬ ਦਾ ਹੰਡਾਨਾ ਮੈਂ ਪੰਜਾਬੀ ਵਿੱਚ ਆਪਣਾ ਸਭ ਕੁਝ ਕਰਨਾ ਠੀਕ ਹੈ ਇਸ ਵਾਸਤੇ ਮੁਸ਼ਕਲਾਂ ਤੇ ਬੜੀਆਂ ਨੇ ਤੇ ਬਾਕੀ ਗੱਲ ਇਹ ਵੇ ਕਿ ਬੋਲਣਾ ਕਲਾਸ ਵਿੱਚ ਬੋਲਣਾ ਯੂਨੀਵਰਸਿਟੀ ਵਿੱਚ ਬੋਲਣਾ ਚਲੋ ਜਿਹੜੇ ਨੰਬਰ ਕੱਟੇ ਜਾਂਦੇ ਨੇ ਰੱਬ ਸੋਹਣੇ ਦੇ ਜਿਵੇਂ ਰਜ਼ਾ ਤੇ ਬਾਕੀ ਜਿਵੇਂ ਤੇ ਤੁਹਾਡਾ ਯੂਨੀਵਰਸਿਟੀ ਦਾ ਮਾਹੌਲ ਹੈ ਹਾਂ ਕੁੜੀਆਂ ਵੀ ਢੇਰ ਸਾਰੀਆਂ ਨੇ ਐਡਵਾਂਸ ਮਾਹੌਲ ਹੈ ਜ ਕਦੀ ਪੰਜਾਬੀ ਤੋਂ ਉਰਦੂ ਦੇ ਵਿੱਚ ਕਨਵਰਟ ਹੋਇਓ ਭਾਜੀ ਬੜੀ ਬੜੀ ਜਨਾਬ ਬੜੀਆਂ ਮਹਾਨ ਲਾਹੌਰ ਦੀਆਂ ਤੇ ਮੇਰੇ ਬੜੇ ਸੱਜਣ ਬੈਲੀ ਆਪਣੇ ਮਹਿਫਲਾਂ 'ਚ ਸਦਨੇ ਆ ਉੱਥੇ ਜਨਾਬ رونਕ ਲੱਗੀ ਹੁੰਦੀ ਮੈਨੂੰ ਮਾਣ ਇਹਨਾਂ ਭਰਾਵਾਂ ਦੇ ਉੱਤੇ ਜਿਹੜਾ ਮੇਰੇ ਨਾਲ ਮੋਢਾ ਦੇ ਮੋਢਾ ਲਾਖ ਖਲੋਤੇ ਉਹ ਜਨਾਬ ਇਸ ਯੂਨੀਵਰਸਿਟੀ ਦੇ ਜਿਹੜਾ ਵੀ ਫੰਕਸ਼ਨ ਹੋਵੇ ਜਿੱਥੇ ਵੀ ਜਾਣਾ ਹੋਵੇ ਮੇਰੇ ਨਾਲ ਪੰਜਾਬੀ ਭਰਾ ਖਲੋਂਦੇ ਨੇ ਪੰਜਾਬੀ ਜ਼ੁਬਾਨ ਤੇ ਪੰਜਾਬੀ ਕਲਚਰ ਵਾਸਤੇ ਇਸ ਤੋਂ ਇਲਾਵਾ ਕੀ ਕਰ ਰਹੇ ਹੋ ਮੈਂ ਜੀ ਪੰਜਾਬੀ ਕਲਚਰ ਪੰਜਾਬੀ ਜ਼ੁਬਾਨ ਵਾਸਤੇ ਬਹੁਤ ਕੁਝ ਕੀਤਾ ਜਿਵੇਂ ਫਾਰ ਐਗਜ਼ਾਮਪਲ ਪਿੱਛੇ ਕਰਕੇ ਤੁਹਾਨੂੰ ਸੁਣਿਆ ਹੋਣਾ ਇੱਕ ਪ ਦੁਨੀਆ ਭਰ ਤੋਂ ਪੰਜਾਬੀ ਆਏ ਨੇ ਸਾਡੇ ਆਸਟ੍ਰੇਲੀਆ ਤੋਂ ਸਰਦਾਰ ਵੀ ਰਾਏ ਕੈਨੇਡਾ ਤੋਂ ਸਰਦਾਰ ਵੀ ਰਾਏ ਸਾਡੇ ਚੜ੍ਹਦੇ ਪੰਜਾਬ ਤੋਂ ਸਰਦਾਰ ਵੀ ਰਾਏ ਉਸ ਤੋਂ ਬਾਅਦ ਜਨਾਬ ਜਿਵੇਂ ਤੁਸੀਂ ਪੀਯੂ ਚ ਵਹਿੰਦੇ ਹੋ ਪੰਜਾਬ ਕਾਉਂਸਲ ਹਰ ਯੂਨੀਵਰਸਿਟੀ ਦੀ ਇੱਕ ਇੱਕ ਆਪਣੀ ਕਾਉਂਸਲ ਹੈ ਤੇ ਮੈਂ ਇੱਕ ਬੜੀ ਕੋਸ਼ਿਸ਼ ਕਰ ਰਿਹਾ ਕਿ ਮੇਰੀ ਯੂਸੀਪੀ ਦੇ ਵਿੱਚ ਸਾਡੇ ਪੰਜਾਬੀਆਂ ਦੀ ਇੱਕ ਕਾਉਂਸਲ ਹੋਵੇ ਅਸੀਂ ਪੰਜਾਬੀਆਂ ਨੂੰ ਇੱਕ ਪਲੇਟਫਾਰਮ ਮਿਲੇ ਜਿੱਥੇ ਉਹ ਖੁੱਲੋ ਕੇ ਆਪਣੇ ਮਸਾਇਲ ਆਪਣੀ ਜਨਾਬ ਮਾਂ ਬੋਲੀ ਨੂੰ ਫਰੋਕ ਦੇ ਸਕਣ ਜਿਹੜੇ ਲੋਕ ਤੁਹਾਡੇ ਨਾਲ ਐਡਵਾਂਸ ਕਲਚਰ ਵਾਲੇ ਪੜਦੇ ਨੇ ਪੈਂਟਾਂ ਸ਼ਰਟਾਂ ਤੇ ਜੋ ਅੱਜ ਕੱਲ ਦਾ ਮਾਹੌਲ ਹੈ ਜੀ ਆ ਕੀ ਕਹਿੰਦੇ ਨੇ ਵਖਰੇ ਜਨਾਬ ਪੈਂਟ ਵੀ ਪਾਓ ਟਾਈ ਵੀ ਲਾਓ ਬਾਕੀ ਆਪਣੇ ਕਲਚਰ ਨੂੰ ਨਾ ਭੁੱਲੋ ਉਸਤਾਦ ਕੀ ਕਹਿੰਦੇ ਨੇ ਜਿਸ ਟਾਈਮ ਜ਼ੁਬਾਨ ਬੋਲ ਰਹੇ ਹੁੰਦੇ ਉਹ ਪੰਜਾਬੀ ਕਿਉਂਕਿ ਟੀਚਰ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਹੈ ਉਹ ਜ਼ਿਆਦਾ ਉਰਦੂ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਯੂਨੀਵਰਸਿਟੀਆਂ ਵਿੱਚ ਇਸਤੇਮਾਲ ਹੁੰਦੀ ਹੈ ਜੀ ਉਸਤਾਦ ਰੱਖੋ ਜੀ ਕੁਝ ਉਸਤਾਦ ਨੇ ਜਿਹੜਾ ਮੇਰਾ ਪੁਆਇੰਟ ਆਫ View ਸਮਝ ਗਏ ਨੇ ਉਹ ਮੈਨੂੰ ਕਦੇ ਨਹੀਂ ਡੱਕਦੇ ਕਿਉਂਕਿ ਜ਼ਮਾਨ ਜ਼ੁਬਾਨ ਮਰਸੀ ਤੇ ਵਿਰਸਾ ਮਰਸੀ ਮੇਰਾ ਉਸਤਾਦ ਮੈਨੂੰ ਅਕਸਰ ਇਹ ਕਹਿੰਦੇ ਹੁੰਦੇ ਨੇ ਕਿ ਜ਼ੁਬਾਨ ਮਰਸੀ ਤੇ ਵਿਰਸਾ ਮਰਸੀ ਅਗਰ ਜ਼ੁਬਾਨ ਹੀ ਮਰ ਗਈ ਤੇ ਵਿਰਸਾ ਕਿਸ ਕੰਮ ਦਾ ਰਿਹਾ ਸਾਡੇ ਨੋ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਜਿਹੜਾ ਆਪਣਾ ਕੰਮ ਕਰਨਾ ਸੀ ਉਹ ਕਰ ਲਿਆ ਹੁਣ ਵਾਰੀ ਸਾਡੀ ਤੇ ਅਸੀਂ ਨੂੰ ਅੱਗੇ ਲੈ ਕੇ ਨਿਭਾਵਾਂਗੇ ਤੇ ਬਾਕੀ ਜਿਹੜੇ ਟੀਚਰ ਨੇ ਉਹ ਕੋਈ ਤੇ ਜਿਹੜੇ ਲਾਹੌਰ ਦੀ ਜੰਪਲ ਨੇ ਉਹ ਤੇ ਮੈਨੂੰ ਬੜਾ ਮਾੜਾ ਆਖਦੇ ਨੇ ਪਰ ਜਿਹੜੇ ਪਿੰਡ ਦਾ ਟੀਚਰ ਹੈ ਉਹ ਮੈਨੂੰ ਬੜੀ ਸਪੋਰਟ ਕਰਦਾ ਤੇ ਅਲਹਮਦੁਲਿਲਾ ਮੈਨੂੰ ਮਾਨ ਕਿ ਮਿਲਦਾ ਸਭ ਤੋਂ ਜ਼ਿਆਦਾ ਰੰਜ ਕਿਸ ਟਾਈਮ ਹੁੰਦਾ ਹੈ ਜਾਂ ਕਦੀ ਪੰਜਾਬੀ ਜ਼ੁਬਾਨ ਬੋਲਣ ਦੀ ਵਜ੍ਹਾ ਤੋਂ ਕਿਸੇ ਇਨਸਾਨ ਨੇ ਜਾਂ ਕਈ ਲੋਕਾਂ ਨੇ ਤੁਹਾਨੂੰ ਜ਼ਿਚ ਕੀਤਾ ਹੋਵੇ ਬੜੀ ਦਫਾ ਇੰਜ ਹੋਇਆ ਮੈਂ ਲਾਹੌਰ ਦੇ ਵਿੱਚ ਕਰਾਇਆ ਕਲੱਬ ਹੈ ਤਾਨੂੰ ਪਤਾ ਗੁਲਬਰਗ ਦਾ ਕਿ ਬਿਹਤਰੀਨ ਜਿਹਾ ਇਲਾਕਾ ਜਨਾਬ ਤੁਤ ਸ਼ੋਤੀ ਬਨ ਕੇ ਚਾਦਰਾਂ ਮਾਰਿਆ ਮੈਂ ਉੱਥੇ ਅਪੜ ਗਿਆ ਹੁਣ ਉੱਥੇ ਲਾਹੌਰ ਦੀਆਂ ਕਰੀਮ 버ਗਰ ਫੈਮੀਆਂ ਉੱਥੇ ਜਦੋਂ ਬੈਠੀ ਨਮਾਜ਼ ਵਿੱਚ ਟੁਰਿਆ ਤਾਂ ਮੈਨੂੰ ਵੇਖਿੱਤਾਂ ਧਕਰਨ ਤੇ ਹਸਣ ਅੱਛਾ ਕਿ ਇਹ ਕਿੱਥੇ ਆੜਾ ਪੇਂਡਾ ਤੇ ਲਾਹੌਰ ਦੇ ਵਿੱਚ ਅਕਸਰ ਹੁਣ ਮੈਂ ਯੂਨੀਵਰਸਿਟੀ ਦੇ ਬਾਹਰ ਨਾ ਨਾਨ ਚਨੇ ਲੱਗੇ ਹੁੰਦੇ ਨੇ ਤਾਂ ਮੈਂ ਫੱਟੇ ਦੇ ਬਾਹਰ ਖਾ ਲੀਂਦਾ ਹੁੰਨਾ ਮੈਂ ਕਿਹਾ ਜਨਾਬ ਕਿਸੇ ਜ਼ਗੀਰਦਾਰ ਦਾ ਪੁੱਤਰ ਆ ਜਾਂ ਮੈਂ ਆਈ ਦੀ ਪੰਜਾਬ ਦਾ ਆਹਾਂ ਵੀ ਉੱਥੇ ਬੈਠ ਖਾਣਾ ਹੁੰਦਾ ਉਹ ਕੁੜੀਆਂ ਲੰਗਦੀਆਂ ਪੇਂਡਾ ਬੈਠਾ ਹੀ ਫ ਯਾਰ ਇਹ ਛੋਟੇ ਛੋਟੀਆਂ ਟੀਚਰਾਂ ਮੈਨੂੰ ਕਰਕੇ ਵਾ ਮੈਂ ਦਿਲ ਤਲਾ ਨਹੀਂ ਲੈਂਦਾ ਮੈਂ ਯਾਰ ਕੋਈ ਨ ਇੱਕ ਦੋ ਆਵੇਗਾ ਐਡਵਾਂਸ ਕੁੜੀਆਂ ਨੇ ਤੁਹਾਡੀ ਯੂਨੀਵਰਸਿਟੀ ਦੀਆਂ ਟਿਕਟੋਕਰਸ ਵੀ ਬੇਸ਼ੁਮਾਰ ਨੇ ਜੀ ਇੱਕ ਵੀਡੀਓ ਵੀ ਤੁਹਾਡੀ ਪ੍ਰੋਫਾਈਲ ਤੇ ਕੁੜੀ ਦੇ ਨਾਲ ਨਹੀਂ ਲੱਗੀਈ ਦਿਲ ਨਹੀਂ ਕਰਦਾ ਜਾਂ ਵਾਲਦਿਆਂ ਦੇ ਇਸ ਤਰ੍ਹਾਂ ਤੋਂ ਡਰਦੇ ਹੋ ਭਾਜੀ ਜਿਸ ਮਾਸ਼ਿਫ ਮੈਂ ਉੱਠ ਕੇ ਮੈਂ ਅਸਲ ਪਿੰਡੋਂ ਉੱਠ ਕੇ ਗਿਆ ਤੇ ਮੇਰੇ ਪਿੰਡ ਨੇ ਮੈਨੂੰ ਇਹ ਦਰਸਨ ਦਿੱਤਾ ਕਿ ਮੈਂ ਬਾਹਰ ਜਾ ਕੇ ਆਪਣਾ ਗਹੋਰਾ ਔਰਤਾਂ ਦੇ ਨਾਲ ਜਾ ਕੇ ਵੀਡੀਓਜ਼ ਬਣਾਵਾ ਮੇਰਾ ਕਲਚਰ ਨਹੀਂ ਮੇਰਾ ਕੰਟੈਂਟ ਨਹੀਂ ਮੇਰੇ ਅਕਾਊਂਟ ਤੇ ਹਜ਼ਾਰਾਂ ਨਾ ਵੀਡੀਓ ਪੋਸਟ ਹੋ ਚੁੱਕੀ ਅੱਜ ਤੱਕ ਇੱਕ ਵੀਡੀਓ ਐਸੀ ਨਹੀਂ ਜਿਹੜੀ ਮੈਂ ਲੜਕੀ ਦੇ ਨਾਲ ਪੋਸਟ ਕੀਤੀ ਹੋ। ਹਾਲਾਂਕਿ ਮੈਨੂੰ ਬੇਸ਼ੁਮਾਰ ਆਫਰਾਂ ਵੀ ਆਉਂਦੀਆਂ ਨੇ ਕਿ ਅਸੀਂ ਢਲ ਮਿਲ ਕੇ ਪੰਜਾਬੀ ਕਲਚਰ ਨੂੰ ਫਰੋਗ ਦਿੰਨੇ ਆਂ ਜੀ ਪੰਜਾਬੀ ਡਰੈਸ ਕੁੜੀਆਂ ਦੀ ਮੈਂ ਪਹਿਨ ਕੇ ਆਜਾਂਗਾ ਮੈਂ ਪਰ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਦਰਸਲ ਮੇਰੀ ਤਰਬੀਅਤ ਨਹੀਂ ਇਸ ਤਰ੍ਹਾਂ ਦੀ ਕਿ ਮੈਂ ਲੜਕੀ ਨਾਲ ਵੀਡੀਓਜ਼ ਬਣਾਵਾਂ ਤੇ ਬਾਕੀ ਇਹ ਹੈ ਕਿ ਉਹ ਸਾਡੇ ਸੀ ਆਪਣੇ ਕਲਚਰ ਨਾਲ ਟਰਨੇ ਪਏ ਸਾਡਾ ਕਲਚਰ ਇਸ ਚੀਜ਼ ਦੀ ਮੈਨੂੰ ਜਿਆਦਾ ਨਹੀਂ ਦਿੰਦਾ ਇਸ ਕਰਕੇ ਮੈਂ ਥੋੜਾ ਜਿਸ ਟਾਈਮ ਹਵਾ ਵਗੈਰਾ ਚੱਲਦੀ ਏ ਬਜ਼ੁਰਗਾਂ ਨੂੰ ਤੇ ਧੋਤੀ ਬਾਨ ਦੀ ਆਦਤ ਹੈ ਹਾਂਜੀ ਤੇ ਕਿਵੇਂ ਸੰਭਾਲਦੇ ਹੋ ਫਿਰ ਭਾਜੀ ਫਿਰ ਕੁੰਝ ਕਾਂਜ ਗੀਆਂ ਡਾਡੇ ਬਾਹਰ ਹੀ ਨੇ ਸਹੀ ਅੱਛਾ ਪਿੰਡ ਦੇ ਵਿੱਚ ਆਪਣਾ ਜਿਹੜਾ ਲਾਹੌਰ ਸ਼ਹਿਰ ਦੇ ਵਿੱਚ ਤੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਕਲਚਰ ਪ੍ਰੋਮੋਟ ਕਰ ਰਹੇ ਹੋ ਹਾਂਜੀ ਪਿੰਡ ਦੇ ਵਿੱਚ ਆ ਕੇ ਜਿਹੜੇ ਪਿੰਡਾਂ ਵਾਲੇ ਕੰਮ ਨੇ ਵਾਈ ਵਗੈਰਾ ਵੀ ਕਰਦੇ ਹੋ ਭਾ ਜੀ ਅਲhamdulillah ਟਰੈਕਟਰ ਆਪਣਾ ਪਿੱਛੇ ਤੁਸੀਂ ਵਹਿੰਦੇ ਫਿਰ ਗਾਜ਼ੀ ਖਲੋਤਾ ਠੀਕ ਹੈ ਇਹ ਗਾਜ਼ੀ ਨਾਲ ਵਾਈ ਮੈਂ ਆਪ ਹੀ ਕਰਨਾ ਬਾਕੀ ਯੂਨੀਵਰਸਿਟੀ ਜਦੋਂ ਮੈਂ ਫ੍ਰੀ ਹੋਵਾਂ ਪਿੰਡ ਦਾ ਜਿਹੜਾ ਕੰਮ ਹੋਇਆ ਮੈਂ ਆਪ ਹੀ ਕਰਨਾ ਇਹ ਨਹੀਂ ਕਿ ਵੀਡੀਓਜ਼ ਹੱਦ ਤੱਕ ਵੀਡੀਓ ਦੇ ਇੱਕ ਲੱਗ ਬਾਕੀ ਸਾਡੀ ਇਥੇ ਬੜੀ ਪਿੰਝ ਨਿਕਲਦੀ ਜੀ ਕੈਮਰੇ ਦੇ ਪਿੱਛੇ ਪਿੰਡ ਦੇ ਵਿੱਚ ਜਿਸ ਟਾਈਮ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਤੁਸੀਂ ਲਾਹੌਰ ਜੈਸੀ ਇੱਕ ਐਡਵਾਂਸ ਯੂਨੀਵਰਸਿਟੀ ਜਿੱਥੇ ਲੋਕ ਪੈਂਟ ਸ਼ਰਟ ਉਰਦੂ ਸਪੀਕਿੰਗ ਨੇ ਉਥੇ ਪੰਜਾਬੀ ਕਲਚਰ ਤੇ ਪੰਜਾਬੀ ਜ਼ੁਬਾਨ ਨੂੰ ਪ੍ਰੋਮੋਟ ਕਰ ਰਹੇ ਹੋ ਜੀ ਲੋਕ ਥਾਪੜਾ ਦੇਂਦੇ ਨੇ ਆ ਕੇ ਭਾਜੀ ਮੈਨੂੰ ਪਿੰਡ ਦੇ ਆਪਣੇ ਕੁਝ ਕਰਾਂ ਤੋਂ ਇਲਾਵਾ ਜ਼ਿਆਦਾ ਲੋਕੀ ਦੁਖੀ ਹਾਸਤੀ ਲੱਭੇ ਨੇ ਮਰੀ ਤੁਹਾਨੂੰ ਗੱਲ ਸੁਣਾਣਾ ਸ਼ੇਫਰ ਦੇ ਵਿੱਚ ਇੱਕ ਬੰਦੇ ਮੇਰੇ ਪਿੰਡ ਦੇ ਬੰਦੇ ਨੂੰ ਪੁੱਛਿਆ ਤੁਹਾਡੇ ਪਿੰਡ ਦਾ ਹਸਨ ਪੱਟੀ ਤੁਹਾਨੂੰ ਹਾਂ ਮਿਲਣਾ ਅੱਛਾ ਉਸ ਬੰਦੇ ਆਖਿਆ ਹਾਂ ਤੁਹਾਨੂੰ ਬੜੀ ਵਾਈ ਕੁੱਟਿਆ ਹਾਂ ਦਾ ਅੱਗ ਲਾ ਕੇ ਨਸਾਇਆ ਹਾਂ ਚੰਗਾ ਹਾਂ ਜਨਾਬ ਇੰਜ ਕੀਤਾ ਇੰਜ ਕੀਤਾ ਅੱਛਾ ਕੁਦਰਤੀ ਤੌਰ ਤੇ ਮੈਂ ਸ਼ੇਫਰ ਗਿਆ ਉਹੋ ਬੰਦੇ ਮੈਨੂੰ ਮਿਲ ਗਏ ਸਗਵੇਂ ਸਗਵੇਂ ਉਹਨਾਂ ਆ ਕੇ ਆਖਿਆ ਕਿ ਫੁੱਲਾ ਤੇਰੇ ਪਿੰਡ ਦੇ ਬੰਦੇ ਨੂੰ ਹਾਂ ਪੁੱਛਿਆ ਸੀ ਕਿਹਨਾਂ ਜਿੱਤੇ ਨੂੰ ਮਿਲਣਾ ਉਹ ਸਾਂ ਕੇ ਬੜਾ ਕੁੱਟਿਆ ਮੈਂ ਨਾਂ ਦੱਸੋ ਅੱਛਾ ਉਹਨਾਂ ਨਾਂ ਦੱਸਿਆ ਮਾਨੇ ਗੱਲ ਜੇ ਮੈਨੂੰ ਖੁਦ ਨੂੰ ਯਕੀਨ ਨਾ ਆਵੇ ਕਿ ਜਿਹੜੇ ਬੰਦੇ ਮੂੰਹ ਤੇ ਆ ਕੇ ਤੁਹਾਡੀ ਉਹ ਡੀ ਵੱਡੇ ਤੁਹਾਡੇ ਦੁਸ਼ਮਣ ਹੁੰਦੇ ਨੇ ਸ਼ਹਿਰ ਦੇ ਵਿੱਚ ਅਗਰ ਜਾਓ ਤੇ ਉਹ ਕਹਿੰਦੇ ਨੇ ਕਿ ਪਿੰਡ ਦੇ ਲੋਕਾਂ ਦੇ ਵਿੱਚ ਸਿਨਸੀਅਰਟੀ ਨਹੀਂ ਹੁੰਦੀ ਤੁਸੀਂ ਕੀ ਨੋਟ ਕੀਤਾ ਕਿ ਸ਼ਹਿਰ ਦੇ ਲੋਕਾਂ ਵਿੱਚ ਸਿਨਸੀਅਰਟੀ ਨਹੀਂ ਹੁੰਦੀ ਜਾਂ ਪਿੰਡ ਦੇ ਲੋਕਾਂ ਵਿੱਚ ਨਹੀਂ ਹੁੰਦੀ ਭਾਜੀ ਮੈਂ ਵੀ ਯੂਨੀਵਰਸਿਟੀ ਪੜਨਾ ਯੂਨੀਵਰਸਿਟੀ ਹਰ ਵੀ ਢੇਢੀ ਦੁਨੀਆਂ ਪੜਦੀ ਯਕੀਨ ਮੰਨਿਆ ਜਿੱਥੇ ਪਿੰਡ ਦੇ ਬੰਦੇ ਖਲੋਜਾਂਦੇ ਰਹਿਣਾ ਉੱਥੇ ਸ਼ਹਿਰਾਂ ਦੀ ਹਵਾ ਵੀ ਨਹੀਂ ਡੇਢਣ ਲੱਗਦੀ ਠੀਕ ਹੈ ਤੇ ਮੈਂ ਅਜ਼ਮਾਇਆ ਮੇਰ ਨਾਲ ਵਰਤਿੱਤਾ ਵੀ ਮੇਰੇ ਚ ਚਾਰ ਪੰਜ ਯਾਰ ਲਾਹੌਰ ਦੇ ਬਣ ਗਏ ਜਨਾਬ ਅਸਾਂ ਹਥੇ ਮੈਂ ਸ਼ਰਾਂ ਨੂੰ ਮੜਾ ਨਹੀਂ ਆ ਰਿਹਾ ਵੈਸੇ ਇੱਕ ਗੱਲ ਕਰਨੀ ਉਹ ਗੱਲ ਕਰ ਰਿਹਾ ਜਨਾਬ ਮੈਂ ਲਾਹੌਰ ਦੇ ਕੁਦਰਤ ਹੋ ਕੇ ਹਰ ਯੂਨੀਵਰਸਿਟੀ ਦੇ ਵਿੱਚ ਨਾ ਕੋਈ ਨਾ ਕੋਈ ਪੰਗਾ ਬਣ ਜਾਂਦਾ ਕਿਸੇ ਬੰਦੇ ਦਾ ਤੇ ਭਾਜੀ ਮਗਰੂ ਦੇਖਿਆ ਸ਼ਹਿਰ ਦਾ ਬੰਦਾ ਹੀ ਕੋਈ ਨਾ ਦਿਸਿਆ ਮੈਨੂੰ ਅੱਛਾ ਉਸ ਟਾਈਮ ਤੇ ਮੇਰੇ ਜਨਾਬ ਆਪਣੇ ਪਿੰਡਾਂ ਦੇ ਵਾਂ ਸੀ ਉਹਨੂੰ ਫੋਨ ਕੀਤਾ ਯਕੀਨ ਮੰਨਿਆ ਜੇ ਭਾਵੇਂ ਚਲੋ ਮੈਂ ਨਹੀਂ ਅਗਾ ਅਸੀਂ ਫਤਹ ਕਰ ਲਈ ਤੇ ਜੰਗ ਚਿੱਤ ਗਏ ਬਾਕੀ ਇਹ ਨਾਲ ਖਲੋਤੇ ਰਹੇ ਨੇ ਮੋਡਰਨਲ ਮੋਡਰਨ ਮੋਡਾਂ ਲਾਈਆਂ ਨੇ ਜੇ 18 ਪਈਆਂ ਨੇ 12 ਉਹਨਾਂ ਵੀ ਖਾਧੀਆਂ ਨੇ ਨਸੇ ਨਹੀਂ ਪੰਜਾਬੀ ਬੋਲੀ ਵੀ ਬੋਲਦੇ ਹੋ ਪੰਜਾਬੀ ਲਿਬਾਸ ਵੀ ਆਪਣਾ ਜਿਹੜਾ ਹੈ ਨਾ ਪਾ ਲੈਂਦੇ ਹੋ ਜੀ ਪੰਜਾਬੀ ਖਾਣਾ ਵੀ ਪਸੰਦ ਕਰਦੇ ਹੋ ਜਾਂ ਐਡਵਾਂਸ ਜਿਹੜੇ ਅੱਜ ਕੱਲ ਪੀਜ਼ਾ ਤੇ 버ਗਰ ਤੇ ਉਹ ਚੀਜ਼ਾਂ ਚੱਲ ਰਹੀਆਂ ਨੇ ਉਹ ਪਸੰਦ ਕਰਦੇ ਹੋ ਭਾਜੀ ਦੇਸੀ ਕੜਾਈਆਂ ਚੱਲਣ ਕੇ ਨਾਲ ਸੋਹਣੀਆਂ ਰੋਟੀਆਂ ਤਰੋੜ ਕੇ ਬੰਦਾ ਖਾਵੇ ਤੇ ਉਹਨਾਂ ਨਾਲ ਗੱਲ ਰਲਨੀ ਕੋਈ ਨਹੀਂ ਅਸੀਂ ਤੇ ਜਨਾਬ 버거 ਖਾ ਕੇ ਵੀ ਆਨੇ ਥੋੜਾ ਕੋ ਬੱਦ ਰੋਟੀ ਵੀ ਖਾਣੀ ਜੀ ਯੂਨੀਵਰਸਿਟੀ ਦੇ ਜਿਹੜੇ ਮੇਨ ਆਫਿਸਰਜ਼ ਨੇ ਤੁਹਾਡੇ ਟੀਚਰਜ਼ ਵਗੈਰਾ ਜੀ ਕਿ ਉਹਨਾਂ ਤੱਕ ਤੁਹਾਡੀ ਰਸਾਈ ਹੈ ਵੇ ਪੰਜਾਬੀ ਜ਼ੁਬਾਨ ਦੇ ਬਾਰੇ ਉਹਨਾਂ ਦੇ ਨਾਲ ਕੋਈ ਗੱਲ ਵਗੈਰਾ ਕੀਤੀ ਮੈਂ ਗਿਆ ਸੀ ਮੇਰਾ ਇੱਕ ਦਫਾ ਇੰਟਰਵਿਊ ਕਰਨ ਆਇਆ ਯੂਸੀਪੀ ਦੇ ਵਿੱਚ ਤੇ ਉਹਨਾਂ ਮੈਨੂੰ ਕਿਆ ਕਹਾ ਯੂਸੀਪੀ ਚ ਤੁਹਾਡਾ ਇੰਟਰਵਿਊ ਕਰਨਾ ਹੈ ਤੁਹਾਨੂੰ ਤੁਸੀਂ ਛੁੱਟੀ ਲੈ ਕੇ ਦਿਓ ਉਹ ਪਹਿਲਾ ਦਿਨ ਸੀ ਮੇਰਾ ਜਦੋਂ ਮੈਂ ਮੀਟਿੰਗ ਕੀਤੀ ਉਹਨਾਂ ਨਾਲ ਮੈਂ ਆਨੰਦ ਕੋਲ ਗਿਆ ਮੈਂ ਸਰ ਪੰਜਾਬੀ ਕਲਚਰ ਪ੍ਰਮੋਟਰ ਹਸਨ ਬੱਟੀ ਰੈਸਤਾਨਾ ਮੈਂ ਇੰਟਰਵਿਊ ਕਰਨਾ ਹੈ ਪੰਜਾਬੀ ਜ਼ਬਾਨ ਚ ਸੋਹਣੀ ਉਹਨਾਂ ਦਾ ਬੇਟਾ ਪਾਵੇਂ ਤੁਸੀਂ ਪੰਜਾਬੀ ਕਲਚਰ ਪ੍ਰਮੋਟਰ ਪਾਵੇਂ ਤੁਸੀਂ ਕੋਈ ਆਹ ਬਿਲਕੁਲ ਚੀਜ਼ ਇਜਾਜ਼ਤ ਨਹੀਂ ਦੇਣੀ ਤੇ ਤੁਸੀਂ ਜੋ ਵੀ ਉਹ ਸਾਡੇ ਵਾਸਤੇ ਤੁਸੀਂ ਇੱਕ ਸਟੂਡੈਂਟ ਉਸ ਤੋਂ ਬਾਅਦ ਪੰਜਾਬੀ ਸਿੰਧੀ ਬਲੂਚੀਓ ਇੱਕ ਲਗ ਮਾਮਲਾ ਤੇ ਮੇਰੀ ਯੂਨੀਵਰਸਿਟੀ ਤਰਫੋਂ ਯੂਨੀਵਰਸਿਟੀ ਦੀ ਬਿਲਕੁਲ ਇਜਾਜ਼ਤ ਨਹੀਂ ਮਿਲੀ ਮੈਂ ਤੇ ਮੇਰੇ ਤੋਂ ਪਾਬੰਦੀ ਜੇ ਆਹ ਜਨਾਬ ਪੱਗ ਬਨ ਕੇ ਜਾਣ ਤੇ ਖੁੱਸਾ ਪਾ ਕੇ ਜਾਣ ਤੇ ਇਹ ਤਾਂ ਬੰਦ ਕੀਤਾ ਮੇਰੀ ਯੂਨੀਵਰਸਿਟੀ ਨੇ ਪੰਜਾਬੀ ਕੋਈ ਦੋੜਾ ਜਾਂ ਮਾਇਆ ਸੁਣਾਓ ਜਰਾ ਸਾਨੂੰ ਸ਼ੇਰ ਇੱਕ ਤੁਹਾਨੂੰ ਸੁਣਨੇ ਆਪਣੇ ਪੱਗਾਂ ਦੇ ਰਿਲੇਟਡ ਆ ਜੀ ਜੀ ਸਾਨੂੰ ਪੱਗਾਂ ਫੱਪਦੀਆਂ ਨੇ ਸਾਡੀ ਵੱਖਰੀ ਟੌਰ ਨਵਾਬੀ ਸਾਨੂੰ ਪੱਗਾਂ ਫੱਪਦੀਆਂ ਨੇ ਸਾਡੀ ਵੱਖਰੀ ਟੌਰ ਨਵਾਬੀ ਸਾਡੀ ਕੌਮੇ ਸ਼ੇਰਾਂ ਵਰਗੀ ਸਾਨੂੰ ਕਹਿੰਦੇ ਲੋਕ ਪੰਜਾਬੀ ਸਾਨੂੰ ਕਹਿੰਦੇ ਲੋਕ ਪੰਜਾਬੀ ਚੜ੍ਹਦੇ ਪੰਜਾਬ ਦੇ ਵਿੱਚੋਂ ਕਿਹੜਾ ਸਿੰਗਰ ਪਸੰਦ ਹੈ ਤੇ ਇਸ ਤੋਂ ਇਲਾਵਾ ਉਹਨਾਂ ਦਾ ਕਲਚਰ ਦੇ ਬਾਰੇ ਥੋੜਾ ਜਿਹਾ ਦੱਸੋ ਚੜ੍ਹਦੇ ਪੰਜਾਬ ਦੇ ਵਿੱਚੋਂ ਜਿਹੜਾ ਸਾਡੇ ਇੱਕੋ ਹੀ ਲੈਜੈਂਡ ਹੋਇਆ ਜਨਾਬ ਸਿੱਧੂ ਮੂਸੇਵਾਲਾ ਬੜਾ ਮੈਨੂੰ ਸੁੰਦਾਂ ਹਾਂ ਜਨਾਬ ਇੱਕ ਲੈਜੈਂਡ ਬੰਦਾ ਸੀ ਜਿਨੇ ਜਨਾਬ ਬੜੇ ਲੋ ਲੈਵਲ ਤੋਂ ਜਾ ਕੇ ਉੱਥੇ ਤੱਕ ਆਪਣੀ ਇੱਕ ਹਾਈਪ ਕ੍ਰੀਏਟ ਕੀਤੀ ਮੈਂ ਉਹਨੂੰ ਬੜਾ ਸੁਣਨਾ ਤੇ ਉਥੋਂ ਦਾ ਕਲਚਰ ਕਲਚਰ ਮੈਂ ਸਮਝਦਾ ਕਿ ਸਾਡੇ ਤੋਂ ਬੈਸਟ ਕਲਚਰ ਹੈ ਉਹਨਾਂ ਦੀ ਫਿਲਮ ਵੇਖ ਲਓ ਉਹਨਾਂ ਦਾ ਗਾਣਾ ਵੇਖ ਲਓ ਅੱਜ ਤੱਕ ਮੈਂ ਨਹੀਂ ਵੇਖਿਆ ਹੋਵੇ ਕਿ ਉਹਨਾਂ ਦੀ ਹਿੰਦੀ ਚ ਆਇਆ ਹੋਵੇ ਉਹ ਉਹ ਦਰਦਰ ਸਰਦਾਰ ਚੜਦੇ ਪੰਜਾਬ ਵਾਲਗੇ ਜਿਹੜਾ ਵੀ ਵੀਡੀਓਜ਼ ਬਣਾਣਗੇ ਗਾਣਾ ਵਾਂਗੇ ਆਪਣੀ ਮਾਂ ਬੋਲੀ ਪੰਜਾਬੀ ਚ ਤੇ ਫਿਰ ਬੰਦਾ ਫਰਕ ਫਖਰ ਨਾਲ ਕਹਿੰਦਾ ਕਿ ਯਾਰੋ ਸਾਡੇ ਤੋਂ ਬਿਹਤਰ ਨਹੀਂ ਨਨਕਾਣਾ ਸਾਹਿਬ ਤੁਹਾਡੇ ਨਜ਼ਦੀਕ ਹੀ ਹੈ ਜੀ ਜੀ ਬਿਲਕੁਲ ਉੱਥੇ ਜਾ ਕੇ ਜਿਹੜੇ ਪੰਜਾਬੀ ਲੋਗ ਨੇ ਜਾਂ ਇੰਡੀਆ ਤੋਂ ਆਂਦੇ ਨੇ ਲੋਗ ਉਹਨਾਂ ਨਾਲ ਮੁਲਾਕਾਤ ਵਗੈਰਾ ਹੁੰਦੀ ਬਿਲਕੁਲ ਹੁੰਦੀ ਜਨਾਬ ਪਿੱਛੇ ਕਰਕੇ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋਈ ਹੈ ਸਾਡੇ ਕੋਲ ਗੁਰਦੁਆਰਾ ਸਤਸੋਤ ਸਾਬ੍ਹ ਅਸੀਂ ਜਿੰਨੇ ਵੀ ਸਾਡੇ ਚੜਦੇ ਪੰਜਾਬ ਤੋਂ ਭਰਾ ਹੁੰਦੇ ਨੇ ਅਕਸਰ ਤੇ ਮੇਰੇ ਨਾਲ ਇੰਸਟਾਗ੍ਰam ਤੇ ਰਾਬਤਾ ਕਰਕੇ ਹੁੰਦੇ ਨੇ ਕਿ ਜਨਾਬ ਇਸ ਤਰੀਕਵਾਰ ਤੇ ਅ ਮੈਂ ਵੀ ਫਿਰ ਉਦੋਂ ਯੂਨੀਵਰਸਿਟੀ ਤੋਂ ਵਿਲਾ ਹੋ ਕੇ ਉਹਨਾਂ ਵਾਸਤੇ ਜਨਾਬ ਫਿਰ ਉਹਨਾਂ ਨੂੰ ਵਿਜ਼ਿਟ ਕਰਾਉਣੇ ਆਪਣੇ ਪਿੰਡ ਜਨਾਬ ਆਪਣੇ ਰਾਇਤਲ ਉਹ ਬੜੇ ਖੁਸ਼ ਹੁੰਦੇ ਨੇ ਕਿ ਯਾਰ ਸਗੋਂ ਆ ਅਸੀਂ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਦੂਜੇ ਪਾਸੇ ਆਏ ਆ ਸਾਡਾ ਇੱਕੋ ਹੀ ਕਲਚਰ ਇੱਕੋ ਹੀ ਮੈਂ ਸਮਝਦਾ ਕਿ ਯਾਰ ਜਦੋਂ ਸਾਡਾ 747 ਦੀ ਲੈਂਡ ਖੀਤੀ ਸੀ ਮੈਂ ਇੱਕ ਲੈਂਡ ਹੈ ਸਾਡਾ ਅਜੇ ਵੀ ਪਿਆਰ ਹੋਵੇਗਾ ਸਾਡੀ ਮੁਹੱਬਤ ਅਜੇ ਵੀ ਹੋਵੇਵੇਂ ਭਾਵੇਂ ਜਨਾਬ ਉਹ ਚੜਦਾ ਹੋਵੇ ਲੈਂਦਾ ਹੋਵੇ ਪੰਜਾਬ ਵੇਖ ਕੇ ਤੇ ਪੰਜਾਬੀ ਇੱਕ ਨੇ ਤੇ ਇੱਕ ਹੀ ਸਦਾ ਰਹਿਣਗੇ